ਤੁਸੀਂ ਆਸਟ੍ਰੇਲੀਆ ਚੱਲ ਜਾਓ, ਪਰ ਉਹਦੇ 'ਤੇ ਟੂਰਿਸਟ ਵੀਜ਼ਾ 'ਤੇ ਲੈ ਲਓ ਪੀ ਆਰ। ਉਹਨਾਂ ਨੇ ਤਾਂ ਸਿੱਧਾ ਸਿੱਧਾ ਕਹਿ ਤਾ ਵੀ ਟੂਰਿਸਟ ਲੈ ਕੇ ਆਓਗੇ ਅਤੇ ਵਾਪਸ ਜਾਣਾ ਪੈਣਾ, ਬਦਲੀ ਨਹੀਂ ਚੱਲ ਜਾਓ, ਲੈ ਲਓ ਪੀ ਆਰ। ਯੂਕੇ ਦੇ ਵਿਚਾਰੇ ਜਿਹੜੇ 15 ਸਾਲ ਤੋਂ ਬੈਠੇ, ਉਹ ਨਹੀਂ ਅਜੇ ਤੱਕ ਵਾਪਸ ਆਏ। ਤਾਂ ਕੈਨੇਡਾ ਇੱਕੋ ਜਿਹੀ ਕੰਟਰੀ ਹੈ ਜਿਹਨੇ ਹਮੇਸ਼ਾ ਹੀ ਲੋਕਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਿੱਤੀ ਹੈ ਅਤੇ ਦੇਊਗੀ ਵੀ, ਬਟ ਉਹ ਥੋੜ੍ਹਾ ਜਿਹਾ ਉਹ ਆਪਣਾ ਪੈਟਰਨ ਚੇਂਜ ਕਰ ਰਹੇ ਆ ਤਾਂ ਕਿ ਥੋੜ੍ਹਾ ਜਿਹਾ ਸਟ੍ਰੀਮ ਲਾਈਨ ਹੋ ਜਾਵੇ। ਉਹ ਵਧੀਆ ਚੀਜ਼ ਆ, ਮੈਂ ਕਹਿੰਦਾ, ਉਹ ਗਲਤ ਨਹੀਂ ਹੈ। ਲੋਕ ਕ੍ਰਿਟੀਸਾਈਜ਼ ਕਰਦੇ ਪਏ ਆ ਜੀ, ਇਹ ਹੋ ਗਿਆ ਜੀ, ਬੰਦ ਕਰਤੀ ਜੀ, ਪਲਾਨਾ ਲੁੱਟ ਗਏ, ਮਰ ਗਏ, ਕੁਛ ਨਹੀਂ ਆ, ਸਟ੍ਰੀਮ ਲਾਈਨ ਕਰਦੇ ਪਏ ਆ। ਲੋਕਾਂ ਦੀ ਪੀਅਰ ਹੋਰ ਈਜ਼ੀ ਹੋਣੀ ਹੈ। ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਪਿਛਲੇ 2-3 ਸਾਲ ਤੋਂ ਜਿੱਦਾਂ ਆਪਾਂ ਗੱਲ ਕੀਤੀ ਵੀ ਟੂਰਿਸਟ ਵਾਲੇ ਵੀ ਗਏ, ਸਟੱਡੀ 'ਚ ਘੱਟ ਬੈਂਡ ਵਾਲੇ, ਜਾਂ ਜਿਹੜੇ ਇੱਥੋਂ ਇਹ ਸੋਚ ਕੇ ਗਏ ਸੀ ਵੀ ਪੜ੍ਹਾਈ ਨਾਲ ਕੋਈ ਨਾਤਾ ਤਾਤਾ ਨਹੀਂ, ਸਿੱਧੇ ਜਾ ਕੇ ਪੀ ਆਰ ਹੋ ਜਾਗੇ, ਉਹਨਾਂ ਨੂੰ ਥੋੜ੍ਹਾ ਸਟ੍ਰੀਮਲਾਈਨ ਕਰਦੇ ਪਏ ਆ। ਥੋੜ੍ਹਾ ਪ੍ਰੋਸੈਸ ਉਹਨਾਂ ਦਾ ਲੰਬਾ ਹੋ ਸਕਦਾ, ਥੋੜ੍ਹਾ ਸਟਰਗਲ ਕਰਨਾ ਪੈ ਸਕਦਾ, ਪਰ ਅੱਜ ਵੀ ਜੇ ਕੋਈ ਬੱਚਾ ਪੜ੍ਹਦਾ ਆ ਜਾਂ ਇੱਥੋਂ ਕੈਨੇਡਾ ਜਾਂਦਾ ਆ, ਤਾਂ ਇਹ ਤਾਂ 100% ਅੱਜ ਦੀ ਡੇਟ 'ਚ ਵੀ ਆਸ ਉਮੀਦ ਹੈਗੀ ਕਿ ਪੀ ਆਰ ਤੋਂ ਲੈ ਲੇਗਾ। ਪੀ ਆਰ 'ਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈਗੀ, ਜਿਸ ਦੇ ਬਾਵਜੂਦ ਕਿ ਆਸਟ੍ਰੇਲੀਆ ਅਤੇ ਯੂਕੇ 'ਚ ਹਜੇ ਕੋਈ ਸਿਸਟਮ ਹੀ ਨਹੀਂ ਪਤਾ ਵੀ ਪੀ ਆਰ ਹੋਣੀ ਆ ਨਹੀਂ ਹੋਣੀ ਆ। ਐਂਡ ਸਭ ਤੋਂ ਵੱਡਾ, ਕਿਸੇ ਪਹਿਲਾਂ ਗਏ ਹੋਏ ਨੂੰ ਆਸਟ੍ਰੇਲੀਆ ਵਾਲੇ ਨੂੰ ਫੋਨ ਕਰ ਲਓ, 6 ਮਹੀਨੇ ਤੋਂ ਵੱਧ ਕੋਈ ਯੂਨੀਵਰਸਿਟੀ ਟਿਕਦਾ ਨੀਗਾ, ਉਸ ਤੋਂ ਬਾਅਦ ਯੂਨੀਵਰਸਿਟੀ ਛੱਡ ਕੇ ਕਾਲਜ 'ਚ, ਅਤੇ ਪੀ ਆਰ ਦਾ ਤਾਂ ਉਹਦਾ ਆਪਦਾ ਨਹੀਂ ਕੋਈ ਅਤਾ ਪਤਾ ਹੈਗਾ।